ਤੱਕ ਵਦੀ ਚੌਥ ਨੂੰ Hindu ਸੁਹਾਗਣ ਇਸਤਰੀਆਂ ਆਪਣੇ ਪਤੀ ਦੇਵ ਦੀ ਚੰਗੀ ਸਿਹਤ ਲਈ ਚਿਰ ਜਿਉਣ ਦੀ ਕਾਮਨਾ ਕਰਨ ਲਈ ਜੋ ਵਰਤ ਰੱਖਦੀਆਂ ਹਨ ਉਸ ਨੂੰ ਕਰਵਾ ਚੌਥ ਦਾ ਵਰਤ ਕਹਿੰਦੇ ਹਨ ਕਈ ਇਸ ਨੂੰ ਪਾਰਵਤੀ ਕੋਰੀ ਦਾ ਵਰਤ ਵੀ ਕਹਿੰਦੇ ਹਨ ਇਸ ਨੂੰ ਸੁਹਾਗਣਾ ਦਾ ਵਰਤ ਵੀ ਕਹਿੰਦੇ ਹਨ ਕਈ ਇਸ ਨੂੰ ਰੂਵੇ ਦਾ ਵਰਤ ਵੀ ਕਹਿੰਦੇ ਹਨ ਇਹ ਵਰਤ ਪਤੀ ਪਤਨੀ ਦੇ ਪਿਆਰ ਨੂੰ ਮਜਬੂਤ ਕਰਦਾ ਹੈ ਇਹ ਸਾਡੀ ਸੰਸਕ੍ਰਿਤੀ ਦਾ ਮਹੱਤਵਪੂਰਨ ਤਿਹਾਰ ਹੈ ਇਹ ਵਰਤ ਦਿਨ ਚੜਨ ਤੋਂ ਪਹਿਲਾਂ ਤਾਰਿਆਂ ਦੀ ਛਾਵੇਂ ਮਿੱਠੀਆਂ ਰੋਟੀਆਂ ਚੂਰੀ ਕੜਾ ਪੂਰੀ ਆਦਿ ਖਾ ਕੇ ਰੱਖਿਆ ਜਾਂਦਾ ਹੈ ਤਾਰਿਆਂ ਦੀ ਸ਼ਾਨ ਦੇ ਵਿੱਚ ਖਾਣ ਤੋਂ ਬਾਅਦ ਜਦ ਸੂਰਜ ਚੜ ਜਾਂਦਾ ਹੈ ਤਾਂ ਫੇਰ ਸਾਰਾ ਦਿਨ ਕੁਝ ਨਹੀਂ ਖਾਣਾ ਹੁੰਦਾ ਵਰਤ ਰੱਖਣ ਵਾਲੀ ਜਨਾਨੀ ਵਧੀਆ ਸੂਟ ਪਾ ਕੇ ਆਮ ਤੌਰ ਤੇ ਲਾਲ ਰੰਗ ਦਾ ਸੂਟ ਪਾ ਕੇ ਹੱਥਾਂ ਨੂੰ ਮਹਿੰਦੀ ਲਾ ਕੇ ਮਾਂਗ ਵਿੱਚ ਸੰਦੂਰ ਭਰ ਕੇ ਹੱਥਾਂ ਵਿੱਚ ਕੱਚ ਦੀਆਂ ਲਾਲ ਚੂੜੀਆਂ ਪਾ ਕੇ ਵਰਤ ਰੱਖਦੀਆਂ ਹਨ ਕਰਵਾ ਸ਼ਬਦ ਦਾ ਸ਼ਬਦੀ ਅਰਥ ਕਰੂਆ ਹੈ ਮਿੱਟੀ ਦਾ ਛੋਟਾ ਕੁੱਜਾ ਹੈ কুমਿਆਰ ਤੋਂ ਕਰੂਏ ਲਿਆਂਦੇ ਜਾਂਦੇ ਹਨ ਕਰੂਆ ਵਿੱਚ ਪਾਣੀ ਭਰਿਆ ਜਾਂਦਾ ਹੈ ਉੱਪਰ ਸਿੱਧੀ ਠੂਠੀ ਰੱਖੀ ਜਾਂਦੀ ਹੈ ਠੂਠੀ ਵਿੱਚ ਗੁੜ ਜੋਲ ਮੋੱਕੇ ਦੇ ਮੋੱਕੇ ਦਾ ਕੋਈ ਫਲ ਆਦੀ ਰੱਖਿਆ ਜਾਂਦਾ ਹੈ ਕਰੂਏ ਦੇ ਗਲ ਵਿੱਚ ਮੋਲੀ ਬੰਨੀ ਜਾਂਦੀ ਹੈ ਮੋਲੀ ਖੰਮਣੀ ਨੂੰ ਕਹਿੰਦੇ ਹਨ ਵਰਤ ਰੱਖਣ ਵਾਲੀਆਂ ਜਨਾਨੀਆਂ ਸ਼ਾਮ ਨੂੰ ਪੰਡਤ ਤੋਂ ਵਰਤ ਸੰਬੰਧੀ Maa Gauri ਦੀ ਕਥਾ ਸੁਨਣ ਜਾਂਦੀਆਂ ਹਨ ਕਥਾ ਸੁਨਣ ਤੋਂ ਬਿਨਾ ਵਰਤ ਅਧੂਰਾ ਮੰਨਿਆ ਜਾਂਦਾ ਹੈ ਰਾਤ ਨੂੰ ਜਦ ਚੰਦ ਚੜਦਾ ਹੈ ਤਾਂ ਚੰਦ ਨੂੰ ਅਰਗ ਦਿੱਤਾ ਜਾਂਦਾ ਹੈ ਚੰਦ ਵੱਲ ਮੂੰਹ ਕਰਕੇ ਕਰੂਏ ਵਿੱਚੋਂ ਹੌਲੀ-ਹੌਲੀ ਪਾਣੀ ਡੋਲਨ ਨੂੰ ਅਰਗ ਦੇਣਾ ਕਿਹਾ ਜਾਂਦਾ ਹੈ ਅਰਗ ਦੇਣ ਤੋਂ ਬਾਅਦ ਵਰਤ ਸੰਪੂਰਨ ਹੁੰਦਾ ਹੈ ਫੇਰ ਖਾਦਾ ਪੀਤਾ ਜਾਂਦਾ ਹੈ ਹੁਣ ਤਾਂ ਸ਼ਾਨਣੀ ਵਿੱਚੋਂ ਦੀ ਚੰਦ ਨੂੰ ਵੇਖਣ ਦਾ ਰਿਵਾਜ ਚੱਲ ਪਿਆ ਹੈ ਅੱਜ ਕੱਲ ਦਾ ਸਮਾਂ ਤਰਕਸ਼ੀਲਤਾ ਦਾ ਯੁੱਗ ਹੈ ਵਰਤ ਵੈਮ ਪਰਮ ਦਿਨੋਂ ਦਿਨ ਖਤਮ ਹੋ ਰਹੇ ਹਨ ਹੁਣ ਕਰਵਾ ਚੌਥ ਦਾ ਰਿਵਾਜ ਵੀ ਬਹੁਤ ਘਟ ਗਿਆ ਹੈ ਪਰ ਫਿਰ ਵੀ ਜਿੰਨਾ ਦੀ ਵਰਤ ਦੇ ਵਿੱਚ ਸ਼ਰਦਾ ਭਾਵਨਾ ਹੁੰਦੀ ਹੈ ਉਸ ਨੂੰ ਦਿਲੋਂ ਤੈਂ ਸ਼ਰਦਾ ਦੇ ਤੌਰ ਤੇ ਵਰਤ ਨੂੰ ਰੱਖਦੇ ਹਨ ਤੇ ਤੁਹਾਨੂੰ ਵੀਡੀਓ ਦੇ ਵਿੱਚ ਕਰਵਾ ਚੌਥ ਦੇ ਬਾਰੇ ਦੱਸਿਆ ਗਿਆ ਹੈ ਤੇ ਜਿਹੜਾ ਕਿ ਅੱਜ ਦੇ ਨਵੀਂ ਜਨਰੇਸ਼ਨ ਨੂੰ ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਤੇ ਅੱਜ ਦੇ ਟਾਈਮ ਵਿੱਚ ਘੱਟ ਮਹੱਤਵਤਾ ਦਾ ਬਾਰੇ ਘੱਟ ਹੀ ਪਤਾ ਹੈ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟਾਂ ਜੇ ਜਰੂਰ ਦੱਸਿਓ ਤੇ ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਨਾਲ ਜਲਦੀ ਹੀ ਤਦ ਲਈ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ